ਹੋਏਗੀ, ਉਹ ਸਾਡੀ ਲੜਕੀ ਦੇ ਨਾਲ ਜਿਹੜੀ ਗੱਲਬਾਤ ਹੋਏਗੀ ਕਰੇਗੀ, ਔਰ ਉਹਨੂੰ ਕਿਸੇ ਤਰ੍ਹਾਂ ਦੀ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਏਗਾ। ਉਹ ਅੱਜ ਵੀ ਮੰਨੇ ਨੇ ਸਾਡੇ ਕੋਲ ਕਿ ਅੱਜ ਵੀ ਲੜਕੀ ਤੁਹਾਡੀ ਬੇਟੀ ਆਪਣੀ ਉਹ ਇਸ ਵੇਲੇ ਹੁਣ ਵੀ ਡਿਊਟੀ 'ਤੇ ਆ, ਉਹ ਕਿਸੇ ਦੀ ਹਿਰਾਸਤ ਦੇ ਵਿੱਚ ਨਹੀਂ ਆ। ਇਹ ਸਾਰੀ ਜਿਹੜੀ ਗੱਲ ਹੈ ਮਿੱਤਰੋ ਤੁਹਾਡੀ ਆਵਾਜ਼ ਚੁੱਕਣ ਕਰਕੇ ਹੈ। ਦੂਜੀ ਜਿਹੜੀ ਗੱਲ ਆ, ਉਹਨਾਂ ਨੇ ਕਹੀ ਕਿ ਅਸੀਂ ਉਹਦਾ ਟਵਿੱਟਰ ਸਾਰਾ ਕੁਛ ਦੀ ਜਾਂਚ ਕਰ ਲੈਂਦੇ ਹਾਂ, ਜਿੱਥੇ ਜਿੱਥੇ ਵੀ ਇਤਰਾਜ਼ਯੋਗ ਜੋ ਜੋ ਕੁਛ ਵੀ ਉਹਦਾ ਮਿਲੇਗਾ ਸਾਨੂੰ ਉਹਨੂੰ ਸਾਰੇ ਕੁਛ ਨੂੰ ਇਕੱਠਾ ਕਰਕੇ ਲੀਗਲ ਐਡਵਾਈਜ਼ਰ ਤੋਂ ਉਹਦੀ ਸਲਾਹ ਲੈ ਕੇ ਅਸੀਂ ਉੱਪਰ ਰਿਪੋਰਟ ਕਰਕੇ ਭੇਜਾਂਗੇ DGP ਨੂੰ ਕਿ ਇਹਨੂੰ ਤੁਰੰਤ ਇਹ 'ਤੇ ਕਾਰਵਾਈ ਕੀਤੀ ਜਾਏ। ਇਹ ਉਹਨਾਂ ਨੇ ਜੋ ਸਾਨੂੰ ਕਿਹਾ। ਤੋ ਮੇਰੀ ਬੇਨਤੀ ਹੈ, ਇੱਕ ਉਹ ਜਿਹੜਾ ਥੱਪੜ ਮਾਰ ਰਿਹਾ ਹੈ ਬੱਚੀ ਦੇ, ਹੋਰ ਲੜਕੀ ਆ ਭਾਵੇਂ ਉਹ ਸਾਡੀ ਨਹੀਂ ਹੈ ਲੇਕਿਨ ਧੀ ਦਾ ਧੀ ਹੈ, ਹਾਂ ਉੱਧਰ ਉਹਨਾਂ ਦਾ ਹੀ ਹੈ, ਹਿਮਾਚਲੀ ਹੈ ਵੀਰੋ ਵੀ, ਔਰ ਉਹਦੇ 'ਤੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਉਹ ਕੁੜੀ ਨੂੰ ਪੜਤਾਲਾਂਗੇ ਕੌਣ ਆ ਉਹਦੇ ਕੋਲੋਂ ਬਿਆਨ ਲੈ ਕੇ ਅਸੀਂ ਉਹਦੇ 'ਤੇ ਵੀ ਮੁਕੱਦਮਾ ਦਰਜ ਕਰਨ ਦਾ ਯਤਨ ਕਰਾਂਗੇ ਜੇ ਉਹ ਲੜਕੀ ਸਹਿਮਤ ਹੁੰਦੀ ਹੈ ਤਾਂ। ਸੋ ਇਹ ਹਾਂ ਤੁਹਾਡੇ ਨਾਲ ਗੱਲਬਾਤ ਸਾਂਝੀ, ਬਾਕੀ ਪਨੀਰ ਸਾਹਿਬ ਕਰਨਗੇ, ਉਸ ਤੋਂ ਬਾਅਦ SSP ਸਾਹਿਬ ਆ ਕੇ ਸਾਰੀ ਗੱਲ ਤੁਹਾਡੇ ਵਿੱਚ ਕਲੀਅਰ ਕਰਨਗੇ। ਹਾਂਜੀ, ਜਿਹੜੇ SSP ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣਾ ਉਹ ਵੀ ਸੁਣ ਲਓ ਕੀ ਆ, ਆ ਜਾਓ ਸਾਹਿਬ ਫਿਰ ਤੁਹਾਨੂੰ ਦੇ ਦੇਣੇ ਬਾਰੇ ਮੰਗ ਪੱਤਰ ਲਓ। ਵਿਸ਼ਾ CISF ਕਾਂਸਟੇਬਲ ਬਲਵਿੰਦਰ ਕੌਰ ਦੇ ਮਾਮਲੇ ਵਿੱਚ ਨਿਰਪੱਖ ਜਾਂਚ ਅਤੇ ਨਫ਼ਰਤ ਫੈਲਾਉਣ, ਫਿਰਕੂ ਅਸ਼ਾਂਤੀ ਫੈਲਾਉਣ, ਪੰਜਾਬ ਦੇ ਬਦਨਾਮ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿਣ ਦੇ ਦੋਸ਼ ਵਿੱਚ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਕੰਗਣਾ ਨੌਤ ਵਿਰੁੱਧ ਕੇਸ ਦਰਜ ਕਰਾਉਣ ਸੰਬੰਧੀ ਜਿਹੜੀ ਅਸੀਂ ਮੰਗ ਪੱਤਰ ਦੇ ਰਹੇ ਹਾਂ, ਕੀ ਦੇ ਰਹੇ ਹਾਂ ਉਹਦਾ ਵਾ, ਆਪ ਜੀ ਨੂੰ ਸੂਚਿਤ ਦੱਸਿਆ ਜਾਂਦਾ ਹੈ ਕਿ 6 ਜੂਨ 2024 ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਰੀ ਥੱਪੜ ਦੀ ਘਟਨਾ ਦੇ ਸੰਦਰਭ ਵਿੱਚ ਜਿੱਥੇ ਇਹ ਦੱਸਿਆ ਗਿਆ ਸੀ ਕਿ CISF ਕਾਂਸਟੇਬਲ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਮੰਡੀ ਤੋਂ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਕੰਗਣਾ ਰਾਉਤ ਨੂੰ ਦਿੱਲੀ ਜਾਣ ਲਈ ਫਲਾਈਟ ਬੋਰਡਿੰਗ ਤੋਂ ਪਹਿਲਾਂ ਥੱਪੜ ਮਾਰਿਆ, ਜਦੋਂ ਕਿ ਜਵਾਨ ਦੇ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ। ਉੱਥੇ ਹੀ ਸੰਸਦ ਮੈਂਬਰ ਕਰਦੇ ਨੇ ਜੀ, ਇਹੋ ਪੜ੍ਹ ਕੇ ਸੁਣਾਉਣਾ, ਕੁਛ ਨਹੀਂ ਹੁੰਦਾ, ਆਹ ਥੱਲੇ ਦੇ ਦਿੰਦੇ ਹਾਂ, ਪੜ੍ਹ ਲੈਣ ਦਿਓ ਸਾਨੂੰ, ਠੀਕ ਹੈ ਜੀ। ਹਿਰਾਸਤ ਵਿੱਚ ਲਿਆ ਕਹਿੰਦੇ ਸੰਸਦ ਮੈਂਬਰ ਕੰਗਣਾ ਰਾਉਤ ਨੂੰ ਪੂਰੀ ਘਟਨਾ ਦੀ ਪੂਰੀ ਜਾਂਚ ਕੀਤੇ ਬਿਨਾਂ ਹੀ ਛੱਡ ਦਿੱਤਾ ਗਿਆ। ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀਮਤੀ ਕੰਗਣਾ ਰਾਉਤ ਬੇਲੋੜੇ ਵਿਵਾਦ ਪੈਦਾ ਕਰਨ ਸੰਬੰਧੀ ਪ੍ਰਸਿੱਧ ਰੱਖਦੀ ਹੈ। ਉਸ ਵਿਰੁੱਧ IPC ਦੀਆਂ ਧਾਰਾਵਾਂ ਤਹਿਤ 153A(a), 153B, 298, 504, 505, 505A, 505B, 505(2), 195A, 206 ਤਹਿਤ ਅਪਰਾਧਿਕ ਕੇਸ ਦਰਜ ਹਨ। ਇੱਕ ਹੈਗਾ ਜਾਵੇਦ ਅਖਤਰ ਅੰਧੇਰੀ ਮੁੰਬਈ ਵਿੱਚ ਮਾਨਹਾਨੀ ਦਾ ਕੇਸ, ਬਾਂਦਰਾ ਪੁਲਿਸ ਸਟੇਸ਼ਨ ਮੁੰਬਈ ਕਹਾਣੀ ਚੋਰੀ ਕਰਨ ਦੀ ਕਾਪੀਰਾਈਟ ਦੀ ਉਲੰਘਣਾ। ਤੀਜਾ ਹੈਗਾ ਮਹਿੰਦਰ ਕੌਰ ਵੱਲੋਂ 2021 ਵਿੱਚ ਮੈਜਿਸਟਰੇਟ ਅਦਾਲਤ ਬਠਿੰਡਾ ਵਿਖੇ ਦਾਇਰ ਮਾਨਹਾਨੀ ਦਾ ਕੇਸ। 2021 ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਣਾ ਰਾਉਤ ਦੇ ਖਿਲਾਫ ਸਿੱਖਾਂ ਖਿਲਾਫ ਨਫ਼ਰਤ ਭਰੀ ਟਿੱਪਣੀ ਕਰਨ ਲਈ ਸ਼ਿਕਾਇਤ ਦਰਜ ਕਰਾਉਣੀ ਸੀ। ਸ਼੍ਰੀਮਤੀ ਕੰਗਣਾ ਨੇ ਪਿਛਲੇ ਦਿਨੀ ਕਿਸਾਨਾਂ, ਸਿੱਖਾਂ ਅਤੇ ਪੰਜਾਬੀਆਂ ਖਿਲਾਫ਼ ਕੁਛ ਵਿਵਾਦਿਤ ਬਿਆਨ ਦਿੱਤੇ ਹਨ। ਦੂਜੇ ਪਾਸੇ ਸਾਡੀ ਕਾਂਸਟੇਬਲ ਬੀਬੀ ਕੁਲਵਿੰਦਰ ਕੌਰ ਜਿਹੜੀ ਇੱਕ ਮੁਲਾਜ਼ਮ ਹੈ,
ਸਾਲਾਂ ਬੱਧੀ ਵਧੀਆ ਸਰਵਿਸ ਦਾ ਰਿਕਾਰਡ ਹੈ। ਕੁਲਵਿੰਦਰ ਕੋਚ ਦੇ ਪਰਿਵਾਰ ਅਨੁਸਾਰ ਉਸ ਵਿਰੁੱਧ ਕੋਈ ਵੀ ਸ਼ਿਕਾਇਤ ਵਿਭਾਗੀ ਕਾਰਵਾਈ ਨਹੀਂ ਹੈ। ਕਾਂਸਟੇਬਲ ਕੁਲਵਿੰਦਰ ਕੌਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਅਤੇ ਆਪਣੀ ਸੇਵਾ ਦੇ ਸਾਲਾਂ ਦੌਰਾਨ ਕੋਈ ਵੀ ਅਜਿਹਾ ਕਿਸੇ ਯਾਤਰੀ ਨਾਲ ਦੁਰਵਿਵਹਾਰ ਉਹਨਾਂ ਦਾ ਸਾਹਮਣੇ ਨਹੀਂ ਆਇਆ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਾਂਸਟੇਬਲ ਨੇ ਕਿਉਂ ਇਸ ਤਰੀਕੇ ਨਾਲ ਪ੍ਰਤੀਕਿਰਿਆ ਦਿੱਤੀ। ਇਸ ਪੱਤਰ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਸੁਰੱਖਿਆ ਜਾਂਚ ਦੌਰਾਨ ਹੋਈ ਸਾਰੀ ਗੱਲਬਾਤ ਦੀ ਨਿਰਪੱਖ ਜਾਂਚ ਕੀਤੀ ਜਾਵੇ। ਨਾਲ ਹੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਹੜੀ ਡਲੇਵਾਲ ਸਾਹਿਬ ਨੇ ਕਿਹਾ ਵੀ ਉਹਨਾਂ ਦੇ ਹੀ ਬੰਦੇ ਜਿਹੜੇ ਆ ਉਹ ਇੱਕ ਔਰਤ ਨੂੰ ਜਿਹੜਾ ਵਾ ਉਹ ਘਟਨਾ ਬਾਰੇ ਦੱਸ ਰਹੇ ਹੈ। ਇਹਤੋਂ ਅਗਾਂਹ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਬਲਾਂ ਦੇ ਕੰਮ ਘੱਟੋ ਘੱਟ ਬਹੁਤ ਹਾਲਾਤ ਚੁਣੌਤੀਪੂਰਨ ਹੁੰਦੇ, ਕਈ ਵਾਰ ਭਾਵਨਾਤਕ ਵਿਗਾੜ ਬਣਾਏ ਜਾਂਦੇ ਆ। ਜਦੋਂ ਕਿ ਅਸੀਂ ਵਰਦੀ ਵਿੱਚ ਕਿਸੇ ਵੀ ਨਾਗਰਿਕ ਰਾਜਨੇਤਾ ਮਾਰਨ ਲਈ ਸਮਰਥਨ ਨਹੀਂ ਕਰਦੇ, ਪਰ ਇਸ ਮਾਮਲੇ ਵਿੱਚ ਸਾਨੂੰ ਯਕੀਨ ਹੈ ਕਿ ਸ਼੍ਰੀਮਤੀ ਕੰਗਨਾ ਰਣੌਤ ਹੀ ਕਾਰਨ ਹੈ ਅਤੇ ਉਸਦੇ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਉਸਨੂੰ ਮਾਰਨ ਲਈ ਉਸਕਾਇਆ ਹੈ, ਕਿਉਂਕਿ ਇਸ ਕੇਸ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਇੱਕ ਮਸ਼ਹੂਰ ਮੈਂਬਰ ਪਾਰਲੀਮੈਂਟ ਸ਼ਾਮਲ ਹੈ। ਇਸ ਲਈ ਅਸੀਂ ਤੁਹਾਨੂੰ ਸਿਆਸੀ ਦਬਾਅ ਤੋਂ ਪ੍ਰਭਾਵਿਤ ਹੋਏ ਨਿਰਪੱਖ ਜਾਂਚ ਕਰਨ ਦੀ ਬੇਨਤੀ ਕਰਦੇ ਹਾਂ, ਇਸ ਲਈ ਸਾਨੂੰ ਇਨਸਾਫ਼ ਦਿੱਤਾ ਜਾਵੇ। ਇੱਥੇ ਹੀ ਨਹੀਂ ਹੈ, ਸ਼੍ਰੀਮਤੀ ਕੰਗਨਾ ਰਣੌਤ ਦਿੱਲੀ ਪਹੁੰਚ ਕੇ ਇੱਕ ਵੀਡੀਓ ਰਾਹੀਂ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅੱਤਵਾਦ ਤੇ ਉਗਰ ਵਿੱਚ ਵਾਧਾ ਹੋ ਰਿਹਾ ਹੈ, ਜਦੋਂ ਕਿ ਪੰਜਾਬ ਦੇ ਹਾਲਾਤ ਵਿੱਚ ਕੋਈ ਵੀ ਅੱਤਵਾਦੀ ਘਟਨਾ ਇਸ ਕਿਸਮ ਦੀ ਸਾਹਮਣੇ ਨਹੀਂ ਹੈ। ਇਹ ਪੰਜਾਬ ਨੂੰ ਬਦਨਾਮ ਕਰਨ ਤੇ ਨਾਪਾਕ ਇਰਾਦੇ ਹਨ ਜਾਰੀ ਕੀਤੇ ਗਏ ਬਿਆਨ ਹੈ। ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਹਾਂ ਵੀ ਇਹ ਦਿਨ ਦਿਹਾੜੇ ਟੋਪੀ ਵਿੱਚ ਔਰਤ ਜਿਹੜੀ ਤੁਹਾਨੂੰ ਘਟਨਾ ਦੱਸੀ ਗਈ ਡਲੇਵਾਲ ਸਾਹਿਬ ਵੱਲੋਂ ਉਹ ਸੀਗੀ, ਹੁਣ ਤੁਹਾਨੂੰ SSP ਸਾਹਿਬ ਇਹਨਾਂ ਤਿੰਨਾਂ ਜਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਆਪਣਾ ਪੱਖ ਰੱਖ ਕੇ ਦੱਸ ਦੇਣਗੇ। ਔਰ ਮੰਗ ਪੱਤਰ ਸੀ ਸਾਹਿਬ, ਲਓ ਜੀ SSP ਸਾਹਿਬ। ਅੱਜ ਜਿਹੜਾ ਇਕੱਠ ਕੀਤਾ ਗਿਆ ਹੈ ਉਹਨਾਂ ਵੱਲੋਂ ਮੈਮੋਰੈਂਡਮ ਜਿਹੜਾ ਹੈਗਾ ਸਾਡੇ ਕੋਲ ਪਹੁੰਚ ਗਿਆ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿਵਾਉਂਦੇ ਹਾਂ ਕਿ ਜਿਹੜੀਆਂ ਵੀ ਮੰਗਾਂ ਮੈਮੋਰੈਂਡਮ ਦੇ ਵਿੱਚ ਹਨ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾਂ ਜਿਹੜੀਆਂ ਹੈਗੀਆਂ, ਉਸ ਸੰਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ। SP ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ, ਕੁੱਲ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਹੈ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ 'ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਅਫਸਰਸ 'ਤੇ ਵੀ ਤਿੱਕਰ ਵੀ ਪਹੁੰਚਾਈ ਜਾਏਗੀ। ਬਹੁਤ ਬਹੁਤ ਧੰਨਵਾਦ, ਜੈ ਹਿੰਦ। ਅਸੀਂ ਜੀ ਦੂਰੋਂ ਦੁਰਾਡਿਓ ਜਿਹੜੇ ਕਿਸਾਨ ਮਜ਼ਦੂਰ ਨੌਜਵਾਨ ਭਰਾਤਰੀ ਜਥੇਬੰਦੀਆਂ ਸਮਰਥਨ ਵਿੱਚ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਆਗੂ ਟੀਮ ਖੜੀ ਰਹੇ, ਬਾਕੀ ਭਰਾਵਾਂ ਨੂੰ ਛੁੱਟੀ ਆ ਕਿਉਂਕਿ ਪ੍ਰੈਸ ਵਾਲੇ ਆ, ਉਹਨਾਂ ਨਾਲ ਵਾਅਦਾ ਕੀਤਾ ਵੀ ਬਾਅਦ 'ਚ ਅੰਦਰ ਬਹਿ ਕੇ ਤੁਹਾਡੇ ਨਾਲ ਤਸੱਲੀ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਕਰਾਂਗੇ। ਪ੍ਰੈਸ ਦੇ ਆਗੂ ਖੜੇ ਰਹਿਣ, ਹਰੇਕ ਜਥੇਬੰਦੀ ਦਾ ਇੱਕ ਦੋ ਤੋਂ ਵੱਧ ਨਾ ਹੋਵੇ, ਬਾਕੀ ਸਾਰੇ ਭਾਈ